ਉਹ ਬੈਠਾਤਾ ਰਮਰਾਜ ਜੀ ਅੱਛਾ ਪਹਿਲਾ ਬੰਦਾ ਉੱਥੇ ਜਾਂਦਾ ਉਮਰ ਭੋਕ ਕੇ ਬਈ ਖਾਤਾ ਖੁੱਲਦਾ ਕਰਮਾਂ ਦੇ ਲੇਖੇ ਜੋਖੇ ਹੁੰਦੇ ਨੇ ਪਾਪ ਪੁੰਨ ਤੋਲੇ ਜਾਂਦੇ ਆ ਪਾਪ ਵੱਧ ਗਿਆ ਕੰਡਿਆਂ ਵਾਲਾ ਗੇਟ ਆ ਨਰਕਾਂ ਸਿੱਡ ਦਿੰਦੇ ਨੇ ਚੰਗੇ ਕਰਮ ਕਰਦੇ ਆ ਫੁੱਲਾਂ ਵਾਲੇ ਗੇਟ ਆਉਂਦੇ ਆ ਫੁੱਲਾਂ ਦੀਆਂ ਵਰਖਾ ਹੁੰਦੀਆਂ ਨੇ ਇਹ ਮਾਈ ਨਾਮ ਜਪਦੀ ਐ ਬੱਚਾ ਇੱਕ ਲਾਤੇ ਖੜ ਕੇ ਪਾਠ ਕਰਦਾ ਉਹ ਮਹਾਪੁਰਛ ਉਹਦਾ ਆਉਂਦੇ ਆ ਕਿਸੇ ਨਗਰ ਦਾ ਭਲਾ ਕਰਨਾ ਇਹ ਇੱਕ ਜ਼ਿਮੀਂਦਾਰ ਸੀ ਇਹਨੇ ਖਰਬੂਜਾ ਦਾਨ ਕਰਿਆ ਸੀ ਉਮਰ ਭੋਗ ਕੇ ਗਿਆ ਇਹਨੂੰ ਢੇਰ ਮਿਲੇ ਸੀ ਆਪਾਂ ਇੱਕ ਪੁੰਨ ਕਰਦੇ ਆ ਉੱਥੇ 10 ਗੁਣਾ ਬਾਧ ਦੇ ਨੇ ਉਹ ਜਿਹੜੇ ਮੰਜੇ ਤੇ ਪਏ ਨੇ ਕੋਈ ਮਾਂ ਪਿਓ ਦੀ ਸੇਵਾ ਕਰਦੇ ਨੇ ਕੋਈ ਸਾਧੂ ਸੰਤਾਂ ਦੀ ਫਿਰ ਆਏ ਸੇਵਾ ਹੁੰਦੀਆਂ ਨੇ ਸੁਰਗਾ ਚ ਵੀ ਅਗਲੇ ਜਰਮ ਚ ਵੀ ਅੱਛਾ ਤੇ ਹੁਣ ਆਪਾਂ ਨਰਕਾਂ ਵਾਲੇ ਪਾਸੇ ਆ ਜਾਈਏ ਥੋੜਾ ਹਾਂ ਉਹ ਜਿਹੜੇ ਮਿੱਠਾ ਪਾਣੀ ਪੀਉਂਦੇ ਆ ਗਰਮੀਆਂ ਚ ਸੁਰਗਾ ਚ ਵੀ ਮੌਕੇ ਮਿਲਦੇ ਆ ਪਾਣੀ ਪੀਉਣ ਦੇ ਨਾਮ ਜਪਣ ਦੇ ਉੱਥੇ ਉਹ ਜਾਂਦਾ ਜਿਹੜਾ ਸਰਦਾ ਨਾਲ ਪੀਉਂਦਾ ਸਾਰੇ ਨਹੀਂ ਜਾਂਦੇ ਇੱਕ ਪਤੀ ਪਤਨੀ ਨੇ ਪਤੀ ਦੀ ਸੇਵਾ ਕਰਦੇ ਨੇ ਆਏ ਵਾਰੀ ਸੁਰਗਾ ਚ ਆਉਂਦੇ ਆ ਜਿਹੜੀ ਪਤਨੀ ਪਤੀ ਦੀ ਸੇਵਾ ਕਰਦੀ ਹੈ ਉਹ ਕਦੇ ਨਰਕਾਂ ਚ ਨਹੀਂ ਜਾਂਦੇ ਪਤੀ ਕਾ ਪਰਮੇਸ਼ਰ ਦਾ ਰੂਪ ਮੰਨੇ ਗਏ ਨੇ ਪਤਨੀ ਵਾਸਤੇ ਜੇ ਪਤੀ ਨੂੰ ਛੱਡ ਦੇ ਸਾਰੀ ਦੁਨੀਆ ਦੀ ਸੇਵਾ ਕਰੇ ਉਹ ਔਰਤ ਕਦੇ ਨਰਕਾਂ ਚੋਂ ਨਹੀਂ ਨਿਕਲਦੀ ਸਾਰੀ ਦੁਨੀਆ ਨੂੰ ਛੱਡ ਦੇ ਪਤੀ ਦਾ ਲੜਨਾ ਛੱਡੇ ਉਹ ਕਦੇ ਨਰਕਾਂ ਚ ਨਹੀਂ ਜਾਂਦੇ ਤੇ ਆ ਥੱਲੇ ਨਰਕਾਂ ਵਾਲਾ ਮਾਡਲ ਹੈ ਬਜ਼ੁਰਗੋ ਇਹ ਦੱਸੋ ਕਿ ਇਹ ਕਿਵੇਂ ਮਾਡਲ ਬਣਾਇਆ ਹੈ ਤੇ ਇਹਦੇ ਚ ਕੀ ਕੀ ਪਾਇਆ ਤੁਸੀਂ ਹਾਂਜੀ ਉਹ ਜਿਵੇਂ ਬੰਦਾ ਰੇੜੀ ਜੋੜਿਆ ਜੀ ਕਿਸੇ ਦੇ ਕੋਈ ਰਾਹਾਂ ਚ ਰੋੜੇ ਪੱਥਰ ਸਿੱੜਦਾ ਕਿਸੇ ਦੇ ਕੰਮ ਚ ਰੋੜਾ ਬਣ ਜਾਂਦੇ ਨੇ ਵੀ ਕੰਮ ਨੂੰ ਬਗਿਆੜ ਦਿੰਦੇ ਨੇ ਉਹਦੇ ਰਾਹਾਂ ਚ ਵੀ ਆਏ ਰੋੜੇ ਪੱਥਰ ਖਿੰਡ ਜਾਂਦੇ ਆ ਜਦੋਂ ਉਮਰ ਭੋਗ ਕੇ ਜਾਂਦਾ ਫੇਰ ਜਮਜੂਤ ਰੇੜੇ ਜੋੜ ਕੇ ਭਾਰ ਖਿਚਾਉਂਦੇ ਆ ਫੇਰ ਡੰਡਿਆਂ ਨਾਲ ਕੁੱਟਦੇ ਆ ਉਹੀ ਰੋੜਿਆਂ ਦੀਆਂ ਉਹਨੂੰ ਫੇਰ ਉੱਥੇ ਠੋਕਰਾਂ ਠੇਡੇ ਵਜਦੇ ਆ ਇਹ ਜਿਹੜਾ ਸੂਲਾਂ ਤੇ ਪਿਆ ਕੋਈ ਚੋਰੀਆਂ ਕਰਦੇ ਨੇ ਕੋਈ ਠੱਗੀਆਂ ਕਰਦੇ ਨੇ ਕਿਸੇ ਨਾਲ ਬੇਈਮਾਨੀਆਂ 16 ਤੇ ਪਾ ਕੇ ਜਮ ਜੂਤ ਫੇਰ ਸੰਗਲਾਂ ਨਾਲ ਕੁੱਟਦੇ ਆ ਇਹ ਜਮਕਾ ਠੈਂਗਾ ਬੁਰਾ ਹੈ ਉਹ ਨਾ ਸਹਿਆ ਜਾਏ ਇਹ ਮੇਰਾ ਗੰਦ ਹੈ ਜੀ ਔਰਤਾ ਚਾਹੇ ਬੰਦਾ ਜਿਵੇਂ ਕੋਈ ਗੰਦੀਆਂ ਗਾਲਾਂ ਕੱਢਦੇ ਨੇ ਗੰਦੇ ਨਸ਼ੇ ਕਰਦੇ ਨੇ ਗੰਦਾ ਬੋਲਦੀ ਐ ਇੱਥੇ ਗੰਦੇ ਸਿੱੜਦੇ ਨੇ ਜੀ ਉਹ ਜਿਹਦੇ ਹੱਥ ਵੱਢਿਆ ਕੋਈ ਝੂਠੀਆਂ ਗਵਾਹੀਆਂ ਦਿੰਦੇ ਨੇ ਝੂਠੀਆਂ ਸੌਹਾਂ ਖਾਂਦੇ ਨੇ ਝੂਠੀਆਂ ਦਲਾਲੀਆਂ ਕਰਦੇ ਆ ਉਹਨਾਂ ਦੇ ਉੱਥੇ ਹੱਥ ਵੜ ਦਿੰਦੇ ਨੇ ਵੱਡੇ ਜਾਣਗੇ ਦਲਾਲਾ ਹੱਥ ਤੇਰੇ ਝੂਠੀਆਂ ਦੇ ਲਾਲੀਆਂ ਕਰੇ ਇਹ ਜਿਹੜੇ ਮੁਰਗੇ ਵਗੈਰਾ ਖਾਂਦੇ ਆ ਬੱਕਰੀ ਉਹਨਾਂ ਨੂੰ ਚਰਖੜੀਆਂ ਤੇ ਬੰਨ ਕੇ ਥੱਲੇ ਅੱਗ ਮਚਾ ਕੇ ਫੇਰ ਜਮਜੂਤ ਅੱਗ ਤੇ ਭੁੰਨਦੇ ਆ ਜੀ ਉਹ ਕੜਾਹਿਆਂ 'ਚ ਕੋਈ ਆਂਡਾ ਮੀਟ ਮੱਛੀ ਖਾਂਦੇ ਆ ਉਬਲਦੇ ਪਾਣੀ ਕੜਾਹਾਂ 'ਚ ਸਿੜਦੇ ਨੇ ਉਹ ਬੰਦਾ ਹੱਥ ਵੰਨੀ ਜਾਂਦਾ ਜੰਮ ਫੜ ਕੇ ਉਹਨਾਂ ਨੂੰ ਵਿੱਚ ਸਿੜਦੇ ਆ ਇਹ ਜਿਹੜੇ ਨਿੱਕੀਆਂ ਕੁੜੀਆਂ ਮਾਰਦੇ ਆ ਕੁੜੀ ਮਾਰਨਾ ਬਹੁਤ ਵੱਡਾ ਪਾਪ ਹੈ ਉਹਨਾਂ ਨੂੰ ਉੱਥੇ ਕੋਲੂਆਂ ਖਿਲਾੜੀਆਂ ਚ ਪੀੜ ਦਿੰਦੇ ਆ ਉਹ ਇਹਦੇ ਘਰ ਵਾਲਾ ਜਿਹਨੂੰ ਖਿੱਚੀ ਆਉਂਦੇ ਆ ਉਹ ਵੀ ਬਰਾਬਰ ਦਾ ਹਿੱਸੇਦਾਰ ਆ ਉਹਨੂੰ ਵੀ ਵਿੱਚ ਪੀੜਦੇ ਆ ਜਿਹੜਾ ਖਿਲਾੜੀ ਗੇੜ ਦਾ ਕੋਈ ਗੁਰੂ ਘਰਾਂ ਦੇ ਪੈਸੇ ਖਾ ਜਾਂਦੇ ਨੇ ਮੰਦਰਾਂ ਦੇ ਮਸੀਤਾਂ ਦੇ ਉਹਨਾਂ ਨੂੰ ਗੇੜ ਨਾ ਲਾਉਂਦੇ ਨੇ ਜਦੋਂ ਕੋਈ ਹੋਰ ਆ ਗਿਆ ਉਹਨੂੰ ਵਿੱਚ ਪੀੜ ਦਿੰਦੇ ਆ ਫਿਰ ਉਹ ਗੇੜ ਦਾ ਇਹ ਜਿਹੜੇ ਰੱਬ ਦਾ ਨਾਮ ਨਹੀਂ ਲੈਂਦੇ ਉਹਨਾਂ ਦੀ ਕੈਂਚੀ ਨਾਲ ਉੱਥੇ ਤਿਲ ਤਿਲ ਕਰਕੇ ਜੀਭ ਕੱਟ ਦਿੰਦੇ ਆ ਉਹ ਜਿੰਨੇ ਪਾਪ ਕਰਦਾ ਬੰਦਾ ਜਾਂ ਔਰਤ ਉਹਦੇ ਪਾਪਾਂ ਦੀ ਪਾਡ ਉਹਦੇ ਸਿਰ ਤੇ ਧਰਦੇ ਐ ਮੂਰੇ دریا ਆਉਂਦਾ ਸਮੁੰਦਰ ਕਹਿੰਦੇ ਆ ਉਹ पार ਕਰਨਾ ਪੈਂਦਾ ਅੱਗੇ ਜਾਨਵਰ ਫੜਦੇ ਐ ਪਿੱਛੇ ਮੁੜਦਾ ਜਮ ਜੂਤ ਸ਼ੋਰੇ ਵਰਛੇ ਮਾਰਦੇ ਐ ਕਹਿੰਦੇ ਨਾ ਅੱਗੇ ਨੰਘਿਆ ਜਾਂਦਾ ਨਾ ਪਿੱਛੇ ਮੁੜਿਆ ਜਾਂਦਾ ਐ ਲੋਕ ਪਾਰ ਕਰਦੇ ਐ ਜਾਨਵਰ ਫੜਦੇ ਐ ਜੀ ਉਹ ਇੱਕ ਔਰਤਾ ਕੇਸਾਂ ਤੋਂ ਫੜੀ ਪੈਰਾਂ ਤੋਂ ਪਰਾਂ ਅੱਗ ਮੱਚਦੀ ਆ ਉਹਦੇ ਵਿੱਚ ਸਿੱੜਦੇ ਐ ਜਿਹੜੀ ਔਰਤ ਕੋਈ ਪਤੀ ਨੂੰ ਤਲਾਕ ਦੇ ਦਿੰਦੀਆਂ ਨੇ ਗੰਦੀਆਂ ਗਾਲਾਂ ਕੱਢਦੀਆਂ ਨੇ ਅਵਾਰਾਗਰਦੀ ਕਰਦੀਆਂ ਨੇ ਉਹਨਾਂ ਨੂੰ ਮੱਚਦੀ ਅੱਗ 'ਚ ਇੱਕ ਵਾਰੀ ਨਹੀਂ ਫਿਰ ਕਈ ਝਰਮ ਡੇਗਣਾ ਪੈਂਦਾ ਜਿਹੇ ਜੇ ਕੋਈ ਕਰਮ ਕਰਦਾ ਉਹੇ ਜੇ ਭਰਦਾ ਜੀ ਬਹੁਤ ਵਧੀਆ ਜਿਹਾ ਮਾਡਲ ਬਣਾਇਆ ਹੋਇਆ ਇੱਥੇ ਬਜ਼ੁਰਗਾਂ ਨੇ ਸੋਚਿਆ ਵੀ ਨਹੀਂ ਹੋਣਾ ਇਮੇਜਿਨੇਸ਼ਨ ਹੈ ਜਾਣੀ ਇੱਕ ਅਸੀਂ ਇਹ ਨਹੀਂ ਕਹਿੰਦੇ ਕਿ ਇਹ ਗੱਲਾਂ ਸੱਚੀਆਂ ਨਹੀਂ ਪਰ ਇਮੇਜਿਨੇਸ਼ਨ ਦੇਖੋ ਕਿਵੇਂ ਦੀ ਬਣਾਈ ਗਈ ਹੈ ਤੇ ਤੇ ਇੱਥੇ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਜਿਹੜੀਆਂ ਲੱਕੜ ਦੇ ਵਿੱਚ ਤਰਾਸ਼ੀਆਂ ਗਈਆਂ ਨੇ ਤੇ ਥੱਲੇ ਪਾਸੇ ਆ ਜੀਏ ਇਹ ਬਜ਼ੁਰਗੋ ਦੱਸੋ ਕਿ ਇਹ ਕੀ ਚੀਜ਼ ਹੈ ਜਿਹੜੀ ਥੱਲੇ ਅਸੀਂ ਦੇਖ ਰਹੇ ਹਾਂ ਇੱਥੇ ਇਹ ਇਹ ਕੋਈ ਉੱਥੇ ਇੱਟਾਂ ਢੋਰੇ ਐ ਕੋਈ ਜੋਗੀ ਵੀਨ ਵਜਾ ਰਿਹਾ ਇੱਕ ਕਿਵੇਂ ਦਾ ਮਾਡਲ ਹੈ ਇਹ ਤਾਂ ਆ ਗਏ ਜੀ ਜਿਵੇਂ ਜੋਗੀ ਪਿੰਡਾਂ ਚੋਂ ਦੇ ਅੱਗੇ ਸੱਪ ਕੱਢਦੇ ਅੱਛਾ ਇਹ ਪੁਰਾਣੇ ਸਮੇਂ ਦਾ ਪੱਠਾ ਹੈ ਜੀ ਅੱਗੇ ਗਧਿਆਂ ਤੇ ਟਾਂਟੋਂ ਦੇ ਕਮਿਹਾਰ ਉਦੋਂ ਕੋਈ ਸਾਧਨ ਨਹੀਂ ਹੁੰਦੇ ਸੀ ਤੇ ਆ ਇੱਕ ਬੜੀ ਖਾਸ ਜੀ ਚੀਜ਼ ਹੈ ਇੱਕ ਹੀ ਚੀਜ਼ ਇੱਥੇ ਛੇਰ ਹੈ ਉੱਤੇ ਡਿਪਾੜ ਰੇ ਕਿਸੇ ਦਾ ਇਹ ਹਰਨਾਸ਼ਕ ਹੈ ਜੀ ਜਿਹੜਾ ਕਹਿੰਦਾ ਨਾ ਅੰਦਰ ਮਰਾਂ ਨਾ ਬਾਹਰੇ ਨਾ ਦੇਣੇ ਨਾ ਰਾਤ ਨੂੰ ਇਹਨੇ ਬਾਰ ਮੰਗੇ ਸੀ ਉਹ ਪੂਰੇ ਹੋਏ ਉਹਨੇ ਬਿਸ਼ਨੂ ਭਗਵਾਨ ਦਾ ਰੂਪ ਧਾਰਿਆ ਉੱਤੋਂ ਛੇਰ ਸੀਗਾ ਥੱਲੇ ਉਹ ਇਨਸਾਨ ਸੀ ਇਹ ਬਾਰ ਦੇ ਵਿਚਾਲੇ ਫਿਰ ਨਹਾ ਨਾਲ ਪਾੜਿਆ ਉਹ ਅੱਧਾ ਸੂਰਜ ਛਿਪ ਗਿਆ ਸੀ ਨਾ ਦਿਨ ਸੀ ਨਾ ਰਾਤ ਸੀ ਇਹ ਮਾਂ ਪੁੱਤ ਦੇਖਦੇ ਸੀ ਜਦੋਂ ਮਾਰਿਆ ਸੀ ਇਹ ਤੱਤੇ ਥੰਮਾ ਨੂੰ ਜੱਫੀਆਂ ਪਵਾਈਆਂ ਪ੍ਰਲਾਦ ਨੂੰ ਉਹ ਉਹਦੀ ਭੂਆ ਚਿਖਾ ਤੇ ਲੈ ਕੇ ਬੈਠੀ ਉਹ ਮੱਚ ਗਈ ਸੀ ਪ੍ਰਲਾਦ ਬਚ ਗਿਆ ਸੀ ਜੀ ਅੱਛਾ ਤੇ ਆ ਥੱਲੇ ਬਾਬਾ ਫਰੀਦ ਜੀ ਦਾ ਮਾਡਲ ਬਣਾਇਆ ਹੋਇਆ ਜਿੱਥੇ ਬਾਬਾ ਫਰੀਦ ਜੀ ਭਗਤੀ ਕਰ ਰਿਹਾ ਤੇ ਨਾਲ ਇਹ ਨਾਲ ਕੀ ਹੈ ਬਾਬਾ ਜੀ ਇਹ ਇਹਨਾਂ ਦੀ ਮਸਜਿਦ ਹੈ ਜੀ ਉਠ ਫਰੀਦਾ ਸੱਤਿਆ ਝਾੜੂ ਦੇ ਮਸੀਤ ਤੂੰ ਸੁੱਤਾ ਰੱਬ ਜਾਗਦਾ ਤੇਰੀ ਡਾਡੇ ਨਾਲ ਪ੍ਰੀਤ ਤੇ ਆ ਆ ਕੀ ਚੀਜ਼ ਐ ਬਾਬਾ ਜੀ ਇਹੇ ਜੀ ਉਹ ਮੈਡਮ ਦੀ ਕੋਠੀ ਐ ਥੱਲੇ ਅੰਬ ਦੇ ਬਰੋਟੇ ਤੇ ਇਹਦੇ ਥੱਲੇ ਉਹ ਪੇੜ ਅੰਬ ਦਾ ਉਹਦੇ ਉੱਪਰ ਬਣੀ ਹੋਈ ਐ ਜੀ ਹਾਂ ਜੀ ਤੇ ਇਹ ਵੀ ਇੱਕ ਵੱਖਰਾ ਜਿਹਾ ਮਾਡਲ ਐ ਜਾਣੀ